असलाकम आज मंगल है रमज़ान उल मुबारक दी चौदह विसाख दी भी चौदह तो अप्रैल दी सताई तारीख ए रेडियो पाकिस्तान है रुखसाना मुसरत तो खबर सुनो पहला खास खास खबर का खुलासा वजीर आजम ने कहा है कि मुल्क के पसमांदा इलाकों की तरक्की कार्रवाई कीतिया जा रही हैं ਤਾਲੀਮ ਦੇ ਵਜ਼ੀਰ ਨੇ ਕਿਹਾ ਕਿ ਇਮਤਿਹਾਨਾਂ ਦੇ ਬਿਨਾਂ ਤਾਲਿਬ ilm ਨੂੰ ਅਗਲੀ ਕਲਾਸਾਂ ਵਿੱਚ ਭਿਜਵਾਉਣ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ। NCOC ਨੇ 40 ਵਰਿਆਂ ਤੋਂ ਵਡੇਰੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਣ ਲਈ ਰਜਿਸਟ੍ਰੇਸ਼ਨ ਦਾ ਅਮਲ ਅੱਜ ਤੋਂ ਖੋਲ ਦਿੱਤਾ ਹੈ। ਪੰਜਾਬ ਦੇ ਵਜ਼ੀਰ ਆਲਾ ਨੇ ਕਿਹਾ ਹੈ ਕਿ ਜਨੂਬੀ ਪੰਜਾਬ ਸੈਕਟਰੀਏਟ ਖੁੱਲਣਾ ਖੁੱਲਣਾ ਇੱਕ ਤਾਰੀਖੀ ਵੇਲਾ ਹੈ ਤੇ ਲੋਕਾਂ ਦੀਆਂ ਮਹਿਰੂਮੀਆਂ ਦੇ ਦਿਨ ਹੁਣ ਲੰਘ ਗਏ ਨੇ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। وزیراعظم عمران خان ਨੇ ਕਿਹਾ ਕਿ ਹਕੂਮਤ ਜਨੂਬੀ ਪੰਜਾਬ ਨੂੰ ਤਰੱਕੀ ਦੇਣ ਤੇ ਉੱਥੇ ਦੇ ਲੋਕਾਂ ਦੇ ਮਸਲੇ ਹੱਲ ਕਰਨ ਉਤੇ ਧਿਆਨ ਦੇ ਰਹੀਏ। ਉਹ ਮਲਤਾਨ ਤੋਂ تعلق ਰੱਖਣ ਵਾਲੇ ਕੌਮੀ ਤੇ ਸੂਬਾਈ ਅਸੈਂਬਲੀਆਂ ਦੇ ਮੈਂਬਰਾਂ ਨਾਲ ਗੱਲਾਂ ਕਰ ਰਹੇ ਸਨ। وزیراعظم ਨੇ ਕਿਹਾ ਕਿ حکومتی ਕੋਸ਼ਿਸ਼ਾਂ ਦੀ ਵਜ੍ਹਾ ਤੋਂ ਮੁਲਕ ਹੁਣ ਦਰੁਸਤ ਰਾਹ 'ਤੇ ਲੱਗ ਗਿਆ ਏ। ਉਹਨਾਂ ਸੂਬਾਈ ਹਕੂਮਤ ਨੂੰ ਆਖਿਆ ਕਿ ਉਹ ਪੋਰਟਲ ਬਣਾਏ ਜਿਸ ਦੇ ਜ਼ਰੀਏ ਬਦਨੁਮਾਨੀਆਂ ਦੀਆਂ ਸ਼ਿਕਾਇਤਾਂ ਲਵੇ ਤੇ ਬਦਨੁਮਾਨੀਆਂ ਵਿੱਚ ਮਲਵਸ ਅਫਸਰਾਂ ਤੇ ਅਮਲੇ ਦੇ ਖਿਲਾਫ ਕਾਰਵਾਈ ਕਰੇ। ਇਸ ਤੋਂ ਪਹਿਲਾਂ ਵਜ਼ੀਰ ਆਜ਼ਮ ਨੇ مختلف ਮਨਸੂਬਿਆਂ ਦਾ ਇਫਤਤਾਖ ਕਰਦੇ ਹੋਏ ਕਿਹਾ ਕਿ ਜਨੂਬੀ ਪੰਜਾਬ ਸੈਕ੍ਰੇਟਰੀਏਟ ਪੰਜਾਬ ਵਿੱਚ ਇੱਕ ਹੋਰ ਸੂਬਾ ਬਣਾਉਣ ਵੱਲ ਇੱਕ ਅਹਿਮ ਕਾਰਵਾਈ ਹੈ। ਤਾਲੀਮ ਤੇ ਪੇਸ਼ਾਵਰਾਨਾ ਤਰਬੀਅਤ ਦੇ وفاقی وزیر ਸ਼ਫਕਤ ਮਹਿਮੂਦ ਨੇ ਕਿਹਾ ਕਿ طالب علمਾਂ ਨੂੰ ਇਮਤਿਹਾਨ ਦਿੱਤੇ ਬਿਨਾਂ ਅਗਲੀ ਕਲਾਸ ਵਿੱਚ ਭਜਵਾਨ ਦੇ ਹਵਾਲੇ ਨਾਲ ਕੋਈ ਫੈਸਲਾ ਨਹੀਂ ਕੀਤਾ ਗਿਆ। ਨਿਜੀ ਟੀਵੀ ਚੈਨਲ ਉਤੇ ਗੱਲਾਂ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਪਿਛਲੇ ਬਾਰੇ ਇਮਤਿਹਾਨ ਨਹੀਂ ਲੈ ਗਏ ਸਨ ਤੇ ਤਾਲਬਿਲ ਮਨੂ ਬਗੈਰ ਇਮਤਿਹਾਨ ਹੀ ਪਾਸ ਕਰ ਦਿੱਤਾ ਗਿਆ ਸੀ ਪਰ ਇਸ ਵਾਰੀ ਹਕੂਮਤ ਦਾ ਇਹੋ ਜਿਹਾ ਕੋਈ ਇਰਾਦਾ ਨਹੀਂ ਉਹਨਾਂ ਕਿਹਾ ਕਿ ਸਾਰੇ ਫੈਸਲੇ ਐਨਸੀਓਸੀ ਜਿੱਤਫਾਕ ਨਾਲ ਕੀਤੇ ਜਾ ਰਹੇ ਨੇ ਤੇ ਇਹਨਾਂ ਦਾ ਮਕਸਦ ਕਰੋਨਾ ਵਬਾ ਨੂੰ ਫੈਲਣ ਤੋਂ ਰੋਕਣ ਲਈ ਹੈ ਅਲੀਮ ਤੇ ਵਜ਼ੀਰ ਨੇ ਕਿਹਾ ਕਿ ਕੈਮਬ੍ਰਿਜ ਦੇ ਇਮਤਿਹਾਨ ਪ੍ਰੋਗਰਾਮ ਦੇ ਮੁਤਾਬਕ ਹੋ ਰਹਿਣੇ ਕਿਉਂ ਜੇ ਕੈਮਬ੍ਰਿਜ ਆਸਤੇ ਆਨਲਾਈਨ ਇਮਤਿਹਾਨ ਲੈਣਾ ਮੁਮਕਿਨ ਨਹੀਂ ਸੀ। ਮਨਸੂਬਾਬੰਦੀ ਦੇ ਵਜ਼ੀਰ ਅਸਦ ਉਮਰ ਨੇ ਕਿਹਾ ਹੈ ਕਿ ਕੋਰੋਨਾ ਵਬਾਹ ਦੀ ਤੀਜੀ ਵਾਰੀ ਫੈਲਣ ਨੂੰ ਰੋਕਣ ਲਈ احتیاطی تدਬੀਰਾਂ ਤੇ ਅਮਲ ਦਰਾਮਤ ਵਿੱਚ ਕਿਸੇ ਕਿਸਮ ਦੀ ਗਫਲਤ ਬਰਤਨ ਨਹੀਂ ਦਿੱਤੀ ਜਾਏਗੀ। ਨਿੱਜੀ ਟੀਵੀ ਚੈਨਲ ਉਤੇ ਗੱਲਾਂ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਵਬਾਹ ਦੇ ਫੈਲਣ ਨੂੰ ਰੋਕਣਾ ਵਾਸਤੇ ਸਾਰੇ ਸਰਕਾਰੀ ادارے ਚੰਗੇ ਤਰੀਕੇ ਨਾਲ ਕੰਮ ਕਰ ਰਹੇ ਨੇ ਪਰ ਪਾਕ ਫੌਜ ਨੂੰ ਬੁਲਾਣ ਦਾ ਮਕਸਦ ਇhtiyati ਤਦਬੀਰਾਂ ਉਤੇ ਹੋਰ ਸਖਤੀ ਨਾਲ ਅਮਲ ਦਰਾਮਤ ਕਰਵਾਣ ਵਿੱਚ ਸਿਵਲ ਇੰਤਜ਼ਾਮੀਆਂ ਦਾ ਹੱਥ ਵਟਾਣਾ ਹੈ ਉਹਨਾਂ ਕਿਹਾ ਕਿ ਆਉਂਦੇ 15 ਤੋਂ 18 ਦਿਨ ਬੜੇ ਅਹਿਮ ਨੇ ਕਿਉਂ ਜੇ ਇਸ ਮੁੱਦਤ ਵਿੱਚ ਲੋਕ ਸ਼ੈਵਾ ਖਰੀਦਣ ਲਈ ਮਾਰਕੀਟਾਂ 'ਚ ਆ ਸਕਦੇ ਨੇ ਇਸ ਲਈ ਇਸ ਮੁੱਦਤ ਵਿੱਚ ਇhtiyati ਤਦਬੀਰਾਂ ਉਤੇ ਪੂਰੇ ਮਨ ਨਾਲ ਅਮਲ ਕਰਨਾ ਬੜਾ ਜ਼ਰੂਰੀ ਹੈ ਸਾਇੰਸ ਤੇ ਟੈਕਨੋਲੋਜੀ ਦੇ ਵਜ਼ੀਰ ਸ਼ਿਬਲੀ ਫਰਾਜ਼ ਨੇ ਕਿਹਾ ਕਿ ਪੀਡੀਐਮ ਦੀਆਂ ਸਾਰੀਆਂ ਜਮਾਤਾਂ ਆਪਣੇ ਆਪਣੇ ਫਾਇਦੇ ਦੀ ਗੱਲਾਂ ਕਰ ਰਹੀਆਂ ਨੇ ਟੀਵੀ ਚੈਨਲ ਉੱਤੇ ਗੱਲਾਂ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਪੀਡੀਐਮ ਆਪਣੇ ਇਰਾਦਿਆਂ 'ਚ ਬੜੇ ਭੈੜੇ ਤਰੀਕੇ ਨਾਲ ناکਾਮ ਹੋਇਆ ਏ تعلیم ਦੇ ਵਜ਼ੀਰ ਸ਼ਫਕਤ ਮਹਿਮੂਦ ਵੱਲੋਂ ਦਿੱਤੀ ਤਾਲੀਮੀ ਪਾਲਿਸੀ ਬਾਰੇ ਇੱਕ ਸਵਾਲ ਉੱਤੇ ਸ਼ਿਬਲੀ ਫਰਾਜ਼ ਦਾ ਕਹਿਣਾ ਸੀ ਕਿ ਤਾਲੀਮ ਦਾ ਵਜ਼ੀਰ ਸਾਰਿਆਂ ਨਾਲ ਸਲਾਹ ਕਰਕੇ ਫੈਸਲੇ ਕਰ ਰਿਹਾ ਏ ਨੈਸ਼ਨਲ ਕਮਾਂਡ ਤੇ ਆਪਰੇਸ਼ਨ ਸੈਂਟਰ ਨੇ ਅੱਜ ਤੋਂ 40 ਸਾਲ ਤੋਂ ਵਡੇਰੀਆਂ ਨੂੰ ਕੋਰੋਨਾ ਤੋਂ ਬਚਾਓ ਦੀ ਵੈਕਸੀਨ ਲਾਣ ਦੀ ਇਜਾਜ਼ਤ ਦੇ ਦਿੱਤੀ ਹੈ। ਮਨਸੂਬਾਬੰਦੀ ਦੇ ਵਜ਼ੀਰ ਸਦਉਮਰ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ 50 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਸੈਂਟਰ ਉੱਤੇ ਆਉਣ ਤੇ ਫੌਰੀ ਵੈਕਸੀਨ ਲਾਣ ਦੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ 40 ਸਾਲ ਜਾਂ ਇਹਦੇ ਤੋਂ ਵੱਡੀ ਉਮਰ ਦੇ ਲੋਕ ਆਪਣੀ ਤੇ ਦੂਜਿਆਂ ਦੀ ਰਜਿਸਟ੍ਰੇਸ਼ਨ ਕਰਵਾਣ ਦੀ ਹੌਸਲਾ ਅਫਜ਼ਾਈ ਕਰਨ। ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ। ਪਾਰਲੀਮੈਂਟੀ ਮਾਮਲਿਆਂ ਦੇ ਵਜ਼ੀਰ-ਏ-ਮਾਮਲਕਤ ਅਲੀ ਮੁਹੰਮਦ ਖਾਨ ਨੇ ਕਿਹਾ ਹੈ ਕਿ ਹਕੂਮਤ ਕਸ਼ਮੀਰ ਉਤੇ ਅੱਖਾਂ ਬੰਦ ਕਰਕੇ ਭਾਰਤ ਨਾਲ ਗੱਲਬਾਤ ਨਹੀਂ ਕਰੇਗੀ। ਪ੍ਰਾਈਵੇਟ ਟੀਵੀ ਚੈਨਲ ਉਤੇ ਗੱਲਾਂ ਕਰਦੇ ਹੋਏ ਆ ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਨੇ ਬੜੀਆਂ ਜਾਨਾਂ ਦਿੱਤੀਆਂ ਨੇ ਤੇ ਪਾਕਿਸਤਾਨ ਦਾ ਕਸ਼ਮੀਰ ਬਾਰੇ ਮੌਕਫ ਉਸੂਲਾਂ ਉਤੇ ਵੇ। ਉਨ੍ਹਾਂ ਕਿਹਾ ਕਿ ਮਸਲੇ ਨੂੰ ਚੰਗੇ ਤਰੀਕੇ ਨਾਲ ਹੱਲ ਕਰਨ ਲਈ ਪਾਕਿਸਤਾਨ ਤੇ ਭਾਰਤ ਦੇ ਨਾਲ-ਨਾਲ ਕਸ਼ਮੀਰੀਆਂ ਦੀ ਕੀਅادت ਨੂੰ ਵੀ ਸ਼ਾਮਲ ਹੋਣਾ ਚਾਹੀਦਾ ਹੈ। ਵਜ਼ੀਰ ਮਮਲਕਤ ਦਾ ਕਹਿਣਾ ਸੀ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਦੁਨੀਆ ਪਾਰੇ ਚ ਕਸ਼ਮੀਰੀਆਂ ਦੀ ਆਵਾਜ਼ ਉਠਾਈ ਏ ਤੇ ਪਾਕਿਸਤਾਨ ਇਸ ਮਸਲੇ ਤੋਂ ਪਿਛਾ ਨਹੀਂ ਹਟ ਸਕਦਾ ਉਹਨਾਂ ਦੱਸਿਆ ਕਿ ਵਜ਼ੀਰ ਆਜ਼ਮ ਭਾਰਤ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਨੇ ਤਾਂ ਜੇ ਇਲਾਕੇ ਚ ਅਮਨ ਆ ਸਕੇ ਇੱਕ ਸਵਾਲ ਉਤੇ ਉਹਨਾਂ ਕਿਹਾ ਕਿ ਕੌਮੀ ਅਸੈਂਬਲੀ ਚ ਕਸ਼ਮੀਰ ਉਤੇ ਸਰੇਆਮ ਜਾਂ ਇਨ ਕੈਮਰਾ ਬੈਸ ਕਰਨ ਵਿੱਚ ਕੋਈ ਹਰਜ ਨਹੀਂ ਹੈ ਆਈਐਸਪੀਆਰ ਦੇ ਡਾਇਰੈਕਟਰ ਜਨਰਲ मेजर जनरल बाबर इफ्तिखार ਨੇ ਕਿਹਾ ਹੈ ਕਿ ਕਰੋਨਾ ਵਬਾ ਨਾਲ ਨਿਬੜਨ ਆਸਤੇ ਸਿਵਲ ਇੰਤਜ਼ਾਮੀਆਂ ਦੀ ਮਦਦ ਕਰਨ ਲਈ ਪਾਕ ਫੌਜ ਸਾਰੇ ਮੁਲਕ ਵਿੱਚ ਲਾ ਦਿੱਤੀ ਗਈ ਹੈ। 라ਵਲਪਿੰਡੀ ਚ ਨਿਊਜ਼ ਕਾਨਫਰੰਸ ਨੂੰ ਖਿਤਾਬ ਕਰਦੇ ਹੋਇਆਂ ਉਨ੍ਹਾਂ ਨੇ ਕਿਹਾ ਕਿ ਫੌਜ ਨੂੰ ਸਿਵਲ ਇੰਤਜ਼ਾਮੀਆਂ ਦੀ ਮਦਦ ਆਸਤੇ ਆਇਨ ਦੇ ਆਰਟੀਕਲ 245 ਦੇ ਤਹਿਤ ਬੁਲਾਇਆ ਗਿਆ ਹੈ ਤਾਂ ਜੋ ਕਰੋਨਾ ਦੀ ਸੁਰਤਿ ਹਾਲ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਪੰਜਾਬ ਦੇ ਵਿਜ਼ੀਰ ਅਲਾ ਸਰਦਾਰ ਉਸਮਾਨ ਬੁਸਾਰ ਨੇ ਕਿਹਾ ਹੈ ਕਿ ਜਨੂਬੀ ਪੰਜਾਬ ਦੇ ਲੋਕਾਂ ਦੇ ਮਹਿਰੂਮੀ ਦੇ ਦਿਨ ਲੰਘ ਗਏ ਤੇ ਹੁਣ ਇਲਾਕੇ ਵਿੱਚ ਵੱਖਰਾ ਸੈਕਟਰੀਟਰੀਏਟ ਖੋਲ ਦਿੱਤਾ ਗਿਆ ਹੈ ਜਿਹੜਾ ਕਿ ਇੱਕ ਯਾਦਗਾਰ ਕੰਮ ਹੈ ਉਹ ਮਲਤਾਨ ਨੇ ਜਿਸ ਸੈਕਟਰੀਟਰੀਏਟ ਦੀ ਨੀ ਰੱਖਣ ਦੀ ਤਕਰੀਬ ਨੂੰ ਖਿਤਾਬ ਕਰ ਰਹੇ ਸਨ ਵਜ਼ੀਰ ਆਲਾ ਨੇ ਉਮੀਦ ਕੀਤੀ ਕਿ ਮਲਤਾਨ ਵਿੱਚ ਜਨੂਬੀ ਪੰਜਾਬ ਸੈਕਟਰੀਟਰੀਏਟ ਦਾ ਕੰਮ ਛੇਤੀ ਮੁਕੰਮਲ ਹੋ ਜਾਏਗਾ ਉਹਨਾਂ ਕਿਹਾ ਕਿ ਮਲਤਾਨ ਵਿੱਚ ਬੜੇ ਤਰੱਕੀਆਤੀ ਕੰਮ ਜਾਰੀ ਨੇ ਜਦਕਿ ਨਵੇਂ ਮਨਸੂਬੇ ਵੀ ਸ਼ੁਰੂ ਕੀਤੇ ਗਏ ਨੇ ਉਨਾ ਕਿਹਾ ਕਿ ਮਨਸ਼ਿਆਤ ਤੇ ਦੂਜੇ ਮੁਕਦਮੇ ਸੁਣਨ ਵਾਲੀਆਂ ਅਦਾਲਤਾਂ ਵੀ ਜਨੂਬੀ ਪੰਜਾਬ ਵਿੱਚ ਛੇਤੀ ਬਣਾ ਦਿੱਤੀਆਂ ਜਾਣ ਕਿਆ ਉਹਨਾਂ ਦੱਸਿਆ ਕਿ ਡਿਸਟ੍ਰਿਕਟ ਜੇਲ੍ਹ ਦੀ ਥਾਂ ਉਤੇ 1 ਅਰਬ ਰੁਪਏ ਨਾਲ ਸੋਨਾ ਪਾਰਕ ਬਣਾਇਆ ਜਾਏਗਾ ਜਤ ਕੇ ਨਿਸ਼ਤਰ ਹਸਪਤਾਲ 2 ਵਿੱਚ OPD ਵੀ ਇਸ ਸਾਲ ਕੰਮ ਕਰਨਾ ਸ਼ੁਰੂ ਕਰ ਦਵੇਗੀ ਲਾਹੌਰ ਪੁਲਿਸ ਪਾਕਿਸਤਾਨ ਆਰਮੀ ਤੇ ਰੇਂਜਰਸ ਨੇ ਰਲ ਕੇ ਸੁਬਾਈ ਦਾਰੁਲ ਖਲਾਫੀਆਂ ਵਿੱਚ ਫਲੈਗ ਮਾਰਚ ਕੀਤਾ ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਵਬਾ ਤੋਂ ਬਚਣ ਵਾਸਤੇ ਇhtiyati ਤਦਬੀਰਾਂ ਉਤੇ ਅਮਲ ਕਰਨ ਲਈ ਕਹਿਣਾ ਸੀ ਲਾਹੌਰ ਦੇ ਸੀਸੀਪੀਓ ਗੁਲਾਮ ਮੁਹੰਮਦ ਡੋਗਰ ਨੇ ਫਲੈਗ ਮਾਰਚ ਦੀ ਕਿਆਦਤ ਕੀਤੀ ਫਲੈਗ ਮਾਰਚ ਸੀਸੀਪੀਓ ਹੈੱਡਕੁਆਰਟਰਸ ਤੋਂ ਸ਼ੁਰੂ ਹੋਇਆ ਤੇ ਮੁxtਲਿਫ ਸੜਕਾਂ ਮਾਰਕੀਟਾਂ ਕਾਰੋਬਾਰੀ ਮਰਕਜ਼ਾਂ ਵਿੱਚੋਂ ਲੰਘਿਆ ਇਸ ਮੌਕੇ ਤੇ ਸੀਸੀਪੀਓ ਨੇ ਕਿਹਾ ਕਿ ਫਲੈਗ ਮਾਰਚ ਦਾ ਮਕਸਦ ਸ਼ਹਿਰੀਆਂ ਨੂੰ ਤਹਫੁਜ਼ ਦਾ ਅਹਿਸਾਸ ਦਿਵਾਉਣਾ ਸੀ ਇਹਦੇ ਇਲਾਵਾ ਉਹਨਾਂ ਨੂੰ ਵਾਇਰਸ ਤੇ ਵੱਧਦੇ ਖਤਰੇ ਤੋਂ آگਾਹੀ ਕਰਨਾ ਸੀ ਇਸੇ ਤਰ੍ਹਾਂ ਫੈਸਲਾਬਾਦ ਵਿੱਚ ਵੀ ਪਾਕ ਆਰਮੀ ਦੇ ਨੌਜਵਾਨ ਪੁਲਿਸ ਤੇ ਮਕਾਮੀ ਇੰਤਜ਼ਾਮੀਆਂ ਨੇ ਰਲ ਕੇ ਫਲੈਗ ਮਾਰਚ ਕੀਤਾ ਫਲੈਗ ਮਾਰਚ ਪੁਲਿਸ ਲਾਈਨ ਤੋਂ ਸ਼ੁਰੂ ਹੋਇਆ ਤੇ ਸ਼ਹਿਰ ਦੀਆਂ ਮੁxtਲਿਫ ਸੜਕਾਂ ਤੇ ਬਾਜ਼ਾਰਾਂ ਤੋਂ ਲੰਘਿਆ ਪੰਜਾਬੀ ਸਭਾਂਝੀ ਭਲਾਈ ਦੇ ਵਜ਼ੀਰ ਸੈਦ ਯਾਵਰ ਅਬਾਸ ਬੁਖਾਰੀ ਨੇ ਕਿਹਾ ਕਿ ਆਵਾਮੀ ਭਲਾਈ ਦੇ ਮਨਸੂਬੇ ਸਾਫ ਸ਼ਫਾਫ ਤਰੀਕੇ ਤੇ ਵੇਲੇ ਸਿਰ ਮੁਕੰਮਲ ਕੀਤੇ ਜਾਣਗੇ ਉਹਨਾਂ ਇਹ ਗੱਲ ਰਾਵਲਪਿੰਡੀ ਇਸ ਤਰਕੀਆਤੀ ਮਨਸੂਬਿਆਂ ਬਾਰੇ ਇਜਲਾਸ ਤੇ ਸਦਾਰਤ ਕਰਦਿਆਂ ਹੋਇਆਂ ਕਹੀ ਉਹਨਾਂ ਆਖਿਆ ਕਿ ਰਾਵਲਪਿੰਡੀ ਰਿੰਗ ਰੋਡ ਦਾ ਮਨਸੂਬਾ ਲਈ ਐਕਸਪ੍ਰੈਸ ਦੇ ਮਨਸੂਬੇ ਤੇ ਜਿਲ੍ਹਾ ਵਿੱਚ ਜਲਾਲਪੁਰ ਆਪਾਸ਼ੀ ਦਾ ਮਨਸੂਬਾ ਲੋਕਾਂ ਦੇ ਫਾਇਦੇ ਵਾਲਾ ਮਨਸੂਬਾ ਹੈ ਤੇ ਮਾਜ਼ੀ ਇੱਚੇ ਹਕੂਮਤਾਂ ਨੇ ਨਾ ਮਨਸੂਬਿਆਂ ਨੂੰ ਨਜ਼ਰਅੰਦਾਜ਼ ਕੀਤਾ ਸੀ इस वेले तक दबर मुक् गईं होर खबर के तब्सर लिये वैबसाइट रेडियो डॉट जीओ वी डॉट पीके से इस वे का बुलेटिन रेडियो पाकिस्तान के फेसबुक पेज रेडियो पाकिस्तान पाबी उ बराहिराज वेखिया सुनिया जा सकता है